छे खेती Thank you.
क्लासिकल संगीत दे रहा तुरे पे रात भी जो कीर्तन दरबार होया कुछ बच्चों ने क्लासिकल का बड़ा सोना रंग दिखाया। आखिरी दो आइटम जिहड़ियां सन वो दोनों राग मालक हंस दियां हरप्रीत बीबा तो पहला सन। मेरा मतलब सी मैं एक विशा दे दा राग ए भी मालक उसका है पर इन दे विच एक अंग है मेरा समझन वाला है जे मालक उस दे गानू सा मन लिया जाए मालक उस दे गानू सा मन लिया जाए तो राग दुर्गा बन जाता है। बस स्वर ओ ही ने उनका रूप की है दर कर ले मारे दाई
सुख पावे
आज खेती शब्दावली आम बजुर्गों में घर में वरते जाने वाली इत्थे वरती गई। बजुर्ग मावां नूं याद होएगा प्यार नाल पुत्रां नूं आखदियां सन मर जाने हां गल सुन मर जाने हाँ गल सुन ते तियां नूं आखदे सन मर जानिए आ कम कर लै पुरातन जिंदे विच मर जाना लफ्ज मावां वरतदियां सन। गुरु ने जीव आत्मा नूं एक बच्ची समझ के समझाने ले वो शब्दावली वरती। जीव आत्मा नूं मुखातब करते ते कहंदे ने हे मर जानी है समा संभाल लै। समा की अज असी 1984 दी याद दा समागम भी कर रहे हैं बच्चिया नाल। मैं उस पासे तुरना चाहना एक एग्जाम्पल देते ते कहंदे ने इंदे तो पहला शब्द जिहड़ा पादा है उंदे विच एक पहली लाइन पहले पहरे जाग सलोंडड़ी है रैन अंधारी राम। ये खूबसूरत अखां वाली है पहले पहरे रात दा शुरू हो गया देख सौ ना जाए अंधेरा शुरू हो गया अंधेरी रात आ रही है ते अंधेरी रात ही खतरे लेके आऊं जिन्ने चोर जिन्ने राहबार सब उस अंधेरी रात नूं तां उड़ीक रहे हुंदे ने। कहिंदे ने जाग के रहो रात अंधेरी आ रही। हुण अगला पद शुरू कर दे उत्थे एक एग्जाम्पल दिंदे कहिंदे ने दुनिया दा हर मनुख जिहड़ा है
ਉਹਨੂੰ ਇਹ ਸਰੀਰ ਮਿਲਿਆ ਅਤੇ ਸਰੀਰ ਮਿਲਿਆ ਇੱਕ ਖੇਤ, ਉਹਦੇ ਵਿੱਚ ਮਨੁੱਖ ਨੇ ਕਰਮ ਬੀਜਣੇ ਨੇ ਸਰੀਰ ਦੇ ਖੇਤ ਵਿੱਚ। ਤੇ ਕਹਿਣ ਲੱਗੇ ਇੱਕ ਖਿਆਲ ਕਰੀ, ਜਦੋਂ ਕਿਸਾਨ ਬੀਜ ਪਾ ਲੈਂਦਾ ਨਾ ਤੇ ਫਸਲ ਉੱਗਦੀ ਹੈ, ਕਿਸਾਨੀ ਦਾ ਕੰਮ ਕੋਈ ਕੇਵਲ ਹਲ ਪਾਉਣਾ ਹੀ ਨਹੀਂ, ਬੀਜ ਪਾਉਣਾ ਹੀ ਨਹੀਂ, ਪਾਣੀ ਦੇਣਾ ਹੀ ਨਹੀਂ, ਬਲਕਿ ਜਿਉਂ ਜਿਉਂ ਫਸਲ ਦਾ ਉਗੇਵਾ ਸ਼ੁਰੂ ਹੁੰਦਾ ਤਿਉਂ ਤਿਉਂ ਕਿਸਾਨ ਦੀ ਜ਼ਿੰਮੇਵਾਰੀ ਵੱਧਦੀ ਜਾਂਦੀ। ਅਤੇ ਕਹਿੰਦੇ ਨੇ ਜ਼ਿੰਮੇਵਾਰੀ ਕੀ ਹੈ, ਜਦੋਂ ਖੇਤ ਵਿੱਚ ਫਸਲ ਪੈਦਾ ਹੋ ਜਾਏ ਅਤੇ ਜਿੰਨੀ ਜ਼ਿਆਦਾ ਕੀਮਤੀ ਫਸਲ ਹੋਵੇ ਓਨਾ ਹੀ ਕਿਸਾਨ ਨੂੰ ਫਿਕਰ ਜ਼ਿਆਦਾ ਹੁੰਦਾ, ਚਿੰਤਾ ਜ਼ਿਆਦਾ ਹੁੰਦੀ, ਕਿਉਂਕਿ ਨੁਕਸਾਨ ਵੀ ਹੋਣਾ ਅਤੇ ਓਨਾ ਹੀ ਵੱਡਾ ਹੋਣਾ। ਅਤੇ ਪੁੱਛੋ ਜਿਨ੍ਹਾਂ ਨੇ ਕਿਸਾਨੀ ਦੇ ਜੀਵਨ ਵਿੱਚੋਂ ਲੰਘ ਕੇ ਆਪਣਾ ਸਮਾਂ ਗੁਜ਼ਾਰਿਆ। ਰਾਤ ਅੰਧੇਰੀ ਹੁੰਦੀ ਹੈ, ਸਰਦੀਆਂ ਦੀਆਂ ਭੋ ਮੰਗ ਦੀਆਂ ਰਾਤਾਂ ਹੁੰਦੀਆਂ, ਅਜੇ ਹਾੜੀ ਦੀ ਫਸਲ ਤਿਆਰ ਹੋ ਰਹੀ ਹੁੰਦੀ ਹੈ, ਕਣਕ ਅਜੇ ਤਿਆਰ ਹੋ ਰਹੀ ਪੁੰਗਰ ਰਹੀ ਹੁੰਦੀ ਹੈ। ਤੇ ਉਹਦੇ ਜੀਵਨ ਦੇ ਸਾਰੇ ਸਾਧਨ ਹੀ ਉੱਥੇ ਖੜੇ ਨੇ ਕਿਸਾਨ ਦੇ ਖੇਤੀ ਵਿੱਚ ਫਸਲ ਵਿੱਚ। ਅਤੇ ਉਹ ਭੋ ਮੰਗ ਦੀਆਂ ਰਾਤਾਂ ਅਤੇ ਅੰਧੇਰੀਆਂ ਰਾਤਾਂ ਵਿੱਚ ਲੋਕ ਕਹਿੰਦੇ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਦਾ ਕਿਸਾਨ ਉਸ ਖੇਤ ਦੇ ਦੁਆਲੇ ਘੁੰਮਦਾ ਹੈ, ਸੌਂਦਾ ਨੇ। ਦੁਨੀਆਂ ਦੇ ਲੋਕ ਸੁੱਖ ਦੀ ਨੀਂਦ ਦੇ ਸੁੱਤੇ ਪਏ ਨੇ, ਪਰ ਕਿਸਾਨ ਕਿਵੇਂ ਸੌਵੇ? ਉਹਦੇ ਜੀਵਨ ਦੀ ਸਾਰੀ ਰਾਸ, ਉਹਦੇ ਜੀਵਨ ਦਾ ਸਾਰਾ ਕੁਝ, ਸਾਰੀ ਸੰਪਦਾ, ਸਾਰੀ ਕਮਾਈ, ਸਾਰੀ ਦੌਲਤ ਖੇਤਾਂ ਵਿੱਚ ਪਈ ਹੈ, ਘਰ ਵਿੱਚ ਨਹੀਂ। ਲੋਕ ਆਪਣੀ ਦੌਲਤ ਘਰ ਵਿੱਚ ਸੰਭਾਲਦੇ ਨੇ, ਬੈਂਕਾਂ ਵਿੱਚ, ਲੋਕਰਾਂ ਵਿੱਚ ਸੰਭਾਲਦੇ ਨੇ, ਅਤੇ ਕਿਸਾਨ ਦੀ ਦੌਲਤ ਬਾਹਰ ਖੇਤਾਂ ਵਿੱਚ ਹੁੰਦੀ ਹੈ। ਇਹੋ ਕਾਰਨ ਹੈ ਜਦੋਂ ਫਸਲ ਖੇਤਾਂ ਵਿੱਚ ਉੱਗਦੀ ਹੈ ਨਾ, ਕਿਸਾਨ ਦੀ ਨੀਂਦ ਬੇਚੈਨ ਹੋ ਜਾਂਦੀ ਹੈ, ਉਹ ਫਿਰ ਸੌ ਨਹੀਂ ਸਕਦਾ। ਹੱਥ ਵਿੱਚ ਸੋਟੀ ਡੰਗ ਫੜ ਲੈਂਦਾ, ਖੇਤ ਦੇ ਦੁਆਲੇ ਬੰਨੇ ਬੰਨੇ ਸਾਰੀ ਰਾਤ ਚੱਕਰ ਲਾਉਂਦਾ ਰਹਿੰਦਾ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਵੀ ਉੱਗਦੀ ਹੋਈ ਹਰਿਆਲੀ ਫਸਲ ਨੂੰ ਜਾਨਵਰ ਚੁੱਗ ਜਾਣਗੇ। ਸਭ ਤੋਂ ਜ਼ਿਆਦਾ ਕਿਸਾਨ ਲਈ ਫਿਕਰ ਦੀ ਨਿਸ਼ਾਨੀ ਇਹ ਹੈ, ਕਿਉਂਕਿ ਉਹਦੀ ਫਸਲ ਨੂੰ ਜਦੋਂ ਤੋਂ ਬੀਜਦਾ ਉਦੋਂ ਤੋਂ ਹੀ ਚੁਗਣ ਵਾਲੇ ਪਾਸੇ ਆ ਜਾਂਦੇ। ਮੈਂ ਤਾਂ ਕਈ ਵਾਰ ਕਹਿੰਦਾ, ਕਦੀ ਕਿਸਾਨੀ ਦੀ ਜ਼ਿੰਦਗੀ ਹਿੰਦੁਸਤਾਨ ਦੇ ਖੇਤਾਂ ਵਿੱਚ ਜਾ ਕੇ ਦੇਖੋ, ਜਦੋਂ ਹਲ ਵਾਹੁੰਦਾ, ਬੀਜ ਪਾਉਂਦਾ, ਬਗਲੇ ਅਤੇ ਹੋਰ ਇਸ ਕਿਸਮ ਦੇ ਜਾਨਵਰ ਉੱਥੇ ਉਦੋਂ ਹੀ ਆ ਜਾਂਦੇ ਨੇ ਤਾਂ ਕਿ ਇਹਦਾ ਬੀਜ ਹੀ ਚੁਗ ਲਿਆ ਜਾਏ। ਆ ਸੁਹਾਗਾ ਫੇਰਨ ਦਾ ਕੀ ਮਤਲਬ ਹੁੰਦਾ? ਤਾਂ ਕਿ ਉਹ ਬੀਜ ਨੂੰ ਧਰਤੀ ਦੇ ਥੱਲੇ ਛੁਪਾ ਦੇਵੇ, ਕਿਸੇ ਤਰ੍ਹਾਂ ਦੁਸ਼ਮਣ ਕੋਲੋਂ ਬੀਜ ਬਚਣਾ ਚਾਹੀਦਾ। ਅਤੇ ਪਹਿਲਾਂ ਹੁੰਦਾ ਸੁਹਾਗਾ ਫੇਰਨਾ ਇੱਕ ਸਕੀਮ ਹੁੰਦੀ ਹੈ ਵੀ ਸੁਹਾਗਾ ਫੇਰਨ ਨਾਲ ਜਿਹੜਾ ਬੀਜ ਪਾਇਆ ਹੋਇਆ ਉਹ ਛੁਪ ਜਾਏਗਾ ਮਿੱਟੀ ਵਿੱਚ, ਚੁਗਣਾ ਔਖਾ ਹੋਏਗਾ। ਪਰ ਇੱਥੇ ਬਸ ਨਹੀਂ, ਜਦੋਂ ਪਾਣੀ ਦੇ ਕੇ ਫਸਲ ਵੱਡੀ ਹੋਈ ਉਦੋਂ ਛੋਟੇ ਪੰਛੀ ਨਾ ਰਹੇ ਵੱਡੇ ਜਾਨਵਰ ਆ ਗਏ, ਅਖੀਰ ਤੱਕ ਰਹਿੰਦਾ ਜੀ ਕਿਸਾਨ ਦੀ ਜ਼ਿੰਦਗੀ ਦੇਖਣ ਵਾਲੀ। ਵੱਡੇ ਜਾਨਵਰ ਆ ਗਏ, ਪੁੰਗਰ ਦੀ ਫਸਲ ਦੀ ਹਰਿਆਵਲ ਨੂੰ ਉਹ ਆ ਕੇ ਰਾਤ ਬਰਾਤੇ ਖਾ ਜਾਂਦੇ। ਜਦੋਂ ਉੱਥੋਂ ਵੀ ਬਚਾ ਲੈਂਦਾ ਅਤੇ ਸਿੱਟੇ ਲੱਗ ਜਾਂਦੇ ਉਦੋਂ ਫਿਰ ਪੰਛੀ ਆ ਜਾਂਦੇ, ਆਣ ਪੈ ਜਾਂਦੇ, ਅਖੀਰ ਤੱਕ ਖਤਰਾ ਹੀ ਖਤਰਾ।
ਜਿੰਨੀ ਦੇਰ ਕਿਸਾਨ ਦਾ ਬੋਲ ਉਹਦੇ ਘਰ ਵਿੱਚ ਆ ਨਾ ਜਾਏ ਕਦੀ ਵੀ ਕਿਸਾਨ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ। ਇੱਥੇ ਹੁਣ ਗੁਰੂ ਜੀਵ ਆਤਮਾ ਨੂੰ ਆਵਾਜ਼ ਦੇ ਕੇ ਇੱਕ ਜਾਗਰਤੀ ਕਰਦੇ ਨੇ, ਕਹਿੰਦੇ ਨੇ ਹੇ ਮਰ ਜਾਣੀ ਹੈ, ਤੂੰ ਕਿਉਂ ਸੁੱਤੀ ਪਈ ਹੈ ਅਚੇਤ, ਰਹਿਮਤ ਕਰਕੇ ਗੁਰੂ ਨੇ ਤੈਨੂੰ ਗੁਣਾਂ ਦਾ ਬੀਜ ਦਿੱਤਾ ਹੈ, ਤੂੰ ਆਪਣੇ ਜੀਵਨ ਦੇ ਖੇਤ ਵਿੱਚ ਗੁਣਾਂ ਦਾ ਬੀਜ ਬੀਜ ਰਿਹਾ, ਪਰ ਤੈਨੂੰ ਪਤਾ ਹੈ ਉਸ ਗੁਣਾਂ ਦੇ ਬੀਜ ਨੂੰ ਬੀਜਣ ਤੋਂ ਬਾਅਦ ਕਿਸੇ ਕੋਲੋਂ ਬਰਦਾਸ਼ਤ ਨਹੀਂ ਹੋਣਾ, ਤੇਰੇ ਗੁਣਾਂ ਨੂੰ ਚੜ ਜਾਣ ਵਾਲੇ ਤੇਰੇ ਗੁਣਾਂ ਨੂੰ ਤਬਾਹ ਅਤੇ ਬਰਬਾਦ ਕਰ ਦੇਣ ਵਾਲੇ ਜਾਨਵਰ ਚਾਰ ਚੁਫੇਰੇ ਫਿਰਦੇ ਨੇ। ਉਹਨਾਂ ਨੇ ਇਸ ਖੇਤੀ ਵਿੱਚ ਪੈਦਾ ਹੋਈ ਹੋਈ ਫਸਲ ਨੂੰ ਤੇਰੇ ਘਰ ਪੁੱਜਣ ਨਹੀਂ ਦੇਣਾ, ਇਸ ਲਈ ਹੇ ਮਰ ਜਾਣੀ ਹੈ ਜਾਗ ਕੇ ਰਹੇ। ਵੱਖਰ ਰਾਖ ਮੋਈਏ ਖਾਜਾ ਖੇਤੀ ਰਾਮ, ਖੇਤੀ ਖਾ ਜਾਣਗੇ ਫਸਲ ਖਾ ਜਾਣਗੇ, ਸਾਡੇ ਨਾਲ ਕੀ ਹੋ ਰਿਹਾ। ਗੁਰੂ ਨੇ ਸਿੱਖ ਨੂੰ ਜੀਵਨ ਸਿਧਾਂਤ ਦੀ ਬੜੀ ਕੀਮਤੀ ਫਸਲ ਦਿੱਤੀ ਸੀ ਜਿਹੜੀ ਕਿਸੇ ਕੋਲ ਨਹੀਂ। ਅੱਜ ਬੱਚਿਆਂ ਨਾਲ ਕੁਐਸਚਨ ਆਂਸਰ ਵਿੱਚ ਵੀ ਇਹ ਸਵਾਲ ਸੀ ਕਿ ਛੇ ਘਰ ਛੇ ਗੁਰ ਛੇ ਉਪਦੇਸ਼ ਵਾਲੇ ਕਨਸੈਪਟ ਨੂੰ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਛੇ ਗੁਰੂ ਨੇ ਛੇ ਉਪਦੇਸ਼ ਨੇ, ਉਹ ਛੇ ਇਕੱਠੇ ਨਹੀਂ ਹੋ ਸਕਦੇ, ਵੱਖਰੇ ਵੱਖਰੇ ਨੇ, ਛੇ ਸ਼ਾਸਤਰ ਆਪਣੇ ਆਪਣੀ ਥਾਂ। ਗੁਰੂ ਕਹਿੰਦਾ ਨਹੀਂ, ਇੱਥੇ ਭਾਵੇਂ ਛੇ ਗੁਰੂ ਬੈਠੇ ਨੇ ਬਾਣੀ ਵਿਚਾਰਨ ਵਾਲੇ, ਇੱਥੇ ਭਾਵੇਂ 30 ਦੇ ਕਰੀਬ ਭਗਤ ਬੈਠੇ ਨੇ, ਪਰ ਸਾਰਿਆਂ ਦੀ ਰਚਨਾ ਇੱਕੋ ਥਾਂ ਆ ਗਈ, ਵੱਖਰੇ ਵੱਖਰੇ ਗ੍ਰੰਥ ਨਹੀਂ ਬਣੇ, ਉੱਥੇ ਛੇ ਸ਼ਾਸਤਰ ਵੱਖਰੇ ਵੱਖਰੇ ਹੋ ਗਏ, ਕਿਉਂਕਿ ਵਿਚਾਰਧਾਰਾ ਬਲਵਾਨ ਨੇ। ਮਿਹਨਤ ਕਰ ਰਿਹਾ ਸਰ, ਗੁਰੂ ਨੇ ਬਾਣੀ ਵਿੱਚ ਆਖਿਆ, ਨਤੀਜਾ ਇਹ ਨਿਕਲਿਆ ਕਿ ਸਾਡੇ ਇਸ ਗੁਣਾਂ ਦੀ ਫਸਲ ਨੂੰ ਤਬਾਹ ਕਰਨ ਵਾਲੇ ਚੁਫੇਰੇ ਹੀ ਪੈਦਾ ਹੋ ਗਏ, ਚੁਫੇਰੇ ਹੀ ਪੈਦਾ ਹੋ ਗਏ। 84 ਦੇ ਹਾਲਾਤ ਵੀ ਉਸੇ ਵਿੱਚੋਂ ਜਨਮ ਲੈਂਦੇ ਨੇ, ਨਹੀਂ ਤਾਂ ਗੁਰਦੁਆਰਿਆਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੁਨੀਆਂ ਦਾ ਕੀ ਵਿਗਾੜ ਰਿਹਾ। ਗੁਰਦੁਆਰਿਆਂ ਵਿੱਚ ਚੱਲਦੇ ਲੰਗਰ ਦੁਨੀਆਂ ਦਾ ਕੀ ਵਿਗਾੜ ਰਹੇ ਨੇ, ਇੱਕ ਸੱਦਾ ਦਿੰਦੇ ਨੇ ਕੋਈ ਆਵੇ। ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੂੰ ਕੋਈ ਆਵੇ ਕਿਸੇ ਦਿਸ਼ਾ ਤੋਂ ਆਵੇ, ਕਿਸੇ ਮਜ਼ਹਬ ਦਾ ਆਵੇ, ਕਿਸੇ ਕੌਮ ਦਾ ਆਵੇ, ਕਿਸੇ ਦੇਸ਼ ਦਾ ਆਵੇ, ਕਿਸੇ ਰੰਗ ਦਾ ਆਵੇ, ਕਿਸੇ ਨਸਲ ਦਾ ਆਵੇ, ਕੋਈ ਮਨਾ ਹੀ ਨਹੀਂ, ਦਰਵਾਜ਼ੇ ਖੁੱਲ੍ਹੇ ਨੇ। ਪਰ ਕਿਹੜੀ ਅਜੀਬ ਗੱਲ ਹੈ, ਐਸੇ ਦਰਵਾਜ਼ੇ ਜਿਹਦੇ ਬਾਰੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਹੋਵੇ, ਜੈ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਉਹ ਦਰ ਕਿਵੇਂ ਛੱਡਾਂ, ਛੱਡਣਾ ਤਾਂ ਕਿਤੇ ਰਹਿ ਗਿਆ, ਢਾਹਣ ਲੋਕਾਂ ਨੇ ਤਾਂ ਸੋਚਿਆ ਉਹ ਜੇ ਦਰ ਨੂੰ ਢਾਹ ਹੀ ਦਿਓ, ਇੱਕ ਗੁਣ ਹੈ। ਮੈਂ ਫਰਜ਼ ਕੀਤੀ ਸੀ ਮੰਦਰਾਂ ਵਿੱਚ ਐਸੇ ਮੰਦਰ ਨੇ ਜਿੱਥੇ ਹਿੰਦੂ ਬਿਨਾਂ ਕੋਈ ਨਹੀਂ ਜਾ ਸਕਦਾ, ਔਰ ਹਿਸਟਰੀ ਪੜ੍ਹ ਕੇ ਦੇਖ ਲਓ ਹਿੰਦੁਸਤਾਨ ਦੀ, ਕਿ ਇੰਦਰਾ ਗਾਂਧੀ ਵੀ ਜਦੋਂ ਇੱਕ ਮੰਦਰ ਵਿੱਚ ਗਈ ਤੇ ਉਹਨਾਂ ਦਰਵਾਜ਼ੇ ਬੰਦ ਕਰ ਲਿਆ, ਕਿਉਂਕਿ ਤੂੰ ਪਾਰਸੀ ਨਾਲ ਵਿਆਹ ਕੀਤਾ, ਤੂੰ ਹਿੰਦੂ ਨਹੀਂ ਰਹੀ, ਇਸ ਵਾਸਤੇ ਤੂੰ ਇਸ ਮੰਦਰ ਵਿੱਚ ਨਹੀਂ ਆ ਸਕਦਾ। ਇਸਲਾਮ ਵਿੱਚ ਕਿਸੇ ਮਸਜਿਦ ਵਿੱਚ ਗੈਰ ਮੁਸਲਿਮ ਜਾ ਕੇ ਨਿਵਾਜ਼ ਨਹੀਂ ਪੜ੍ਹ ਸਕਦਾ, ਇਬਾਦਤ ਨਹੀਂ ਕਰ ਸਕਦਾ, ਕਿਹੜੀ ਅਜੀਬ ਗੱਲ ਹੈ। ਇੱਕ ਉਹ ਕਨਸੈਪਟ ਹੈ, ਇੱਕ ਉਹ ਸਿਧਾਂਤ ਹੈ
ਜਿੱਥੇ ਗੈਰ ਸਿੱਖ ਆ ਕੇ ਬੈਠ ਕੇ ਇਬਾਦਤ ਕਰੇ, ਇਹ ਤਾਂ ਇੱਕ ਪਾਸੇ ਰਿਹਾ, ਗੈਰ ਸਿੱਖ ਬੈਠਾ ਹੋਇਆ ਮਸਲਤ 'ਤੇ ਨਮਸਕਾਰ ਵੀ ਕਰਾ ਸਕਦਾ ਹੈ ਬਾਬਾ ਫਰੀਦ ਵਰਗਾ, ਬੇਨੀ ਭਗਤ ਵਰਗਾ ਬ੍ਰਾਹਮਣ, ਉਹ ਵੀ ਬੈਠਾ। ਇੱਕ ਐਡੇ ਮਹਾਨ ਉੱਚੇ ਆਚਰਨ ਵਾਲੀ ਫਸਲ ਨੂੰ ਕੌਣ ਬਰਦਾਸ਼ਤ ਕਰੇ? ਉਹਦਾ ਨਤੀਜਾ ਨਿਕਲਿਆ ਕਿ ਗੁਰਦੁਆਰੇ ਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਜਿੱਥੇ ਉਹਨਾਂ ਦਾ ਬ੍ਰਾਹਮਣ ਵੀ ਬੈਠਾ ਸੀ ਬੇਨੀ ਬਣ ਕੇ, ਜਿੱਥੇ ਇੱਕ ਮੁਸਲਮਾਨ ਫਕੀਰ ਫਰੀਦ ਵੀ ਬੈਠਾ ਸੀ, ਜਿੱਥੇ ਬਾਬਾ ਨਾਮਦੇਵ ਵੀ ਬੈਠਾ ਸੀ, ਜਿੱਥੇ ਕਬੀਰ ਵੀ ਬੈਠਾ ਸੀ, ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੋਲੀ ਵੱਜੀ। ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੋਲੀ ਵੱਜੀ। ਇਹ ਸਭ ਕੁਝ ਬੇਅਦਬੀ ਕਿਉਂ ਹੋਈ? ਕਿਉਂਕਿ ਮਕਸਦ ਹਿੰਦੂ ਸਿੱਖ ਦਾ ਵੀ ਨਹੀਂ ਸੀ, ਮਕਸਦ ਸੀ ਕੇਵਲ ਮਹਾਨ ਉੱਤਮ ਅਤੇ ਪਵਿੱਤਰ ਆਚਰਨ ਰੂਪੀ ਸਿਧਾਂਤ ਦਾ। ਇਹ ਸਿਧਾਂਤ ਨਹੀਂ ਹੋਣਾ ਚਾਹੀਦਾ। ਅਕਾਲ ਤਖ਼ਤ ਢਾਹ ਦਿੱਤਾ, ਕਿਉਂਕਿ ਨਿਆਂ ਦਾ ਇਨਸਾਫ ਦਾ ਕੇਂਦਰ ਸੀ, ਜਿੱਥੇ ਨਿਆਂ ਅਤੇ ਇਨਸਾਫ ਹੋਵੇ ਉੱਥੇ ਲੋਕ ਝੁਕਦੇ ਨੇ। ਅਕਾਲ ਤਖ਼ਤ ਇੱਕ ਨਿਆਂ ਅਤੇ ਇਨਸਾਫ ਦਾ ਕੇਂਦਰ ਸੀ, ਢਾਹ ਦਿੱਤਾ। ਸਿੱਖਾਂ ਨੇ ਬਣਾ ਲਿਆ, ਪਰ ਇਮਾਰਤ ਬਣਾਈ? ਇਹ ਖਿਆਲ ਕਰੋ, ਸਿੰਘਾਂ ਨੇ ਬਣਾ ਲਿਆ, ਪਰ ਕਿੱਡੀ ਅਜੀਬ ਘਟਨਾ ਹੈ, ਸਿੰਘਾਂ ਨੇ ਮੁੜ ਕੇ ਇਮਾਰਤ ਬਣਾ ਲਈ। ਦੁਸ਼ਮਣ ਨੇ ਮਹਿਸੂਸ ਕਰ ਲਿਆ ਕਿ ਅਕਾਲ ਤਖ਼ਤ ਜਿਹੜਾ ਅਸੀਂ ਢਾਹਣਾ ਚਾਹੁੰਦੇ ਸਾਂ, ਇਹ ਉਹ ਤਿੰਨ ਟੱਠਾ ਨੇ, ਉਹ ਤਾਂ ਫਿਰ ਬਣ ਗਿਆ। ਉਹਨੇ ਮਹਿਸੂਸ ਕਰ ਲਿਆ ਕਿ ਅਕਾਲ ਤਖ਼ਤ ਇੱਕ ਸਿਧਾਂਤ ਹੈ ਜਿਹੜਾ ਅਸੀਂ ਅਜੇ ਤੱਕ ਨਹੀਂ ਪਛਾਣ ਸਕਦੇ, ਅਸੀਂ ਇਮਾਰਤ ਨੂੰ ਸਮਝੀ ਬੈਠੇ। ਦੁਸ਼ਮਣ ਨੇ ਮਹਿਸੂਸ ਕਰ ਲਿਆ ਅਕਾਲ ਤਖ਼ਤ ਇੱਕ ਸਿਧਾਂਤ ਹੈ, ਕਿਸੇ ਇਮਾਰਤ ਨੂੰ ਢਾਹਣ ਨਾਲ ਅਕਾਲ ਤਖ਼ਤ ਖਤਮ ਨਹੀਂ ਹੁੰਦਾ। ਦਾਸ ਨੇ ਉਸ 84 ਦੇ ਦਰਮਿਆਨ ਵਿੱਚ ਗੱਲ ਕਰਦਿਆਂ ਇਹ ਗੱਲ ਪ੍ਰੈਸ ਵਾਲਿਆਂ ਨਾਲ ਵੀ ਕੀਤੀ ਸੀ, ਜਦੋਂ ਉਹਨਾਂ ਨੇ ਇਹ ਸਵਾਲ ਕੀਤਾ ਜੀ ਅਕਾਲ ਤਖ਼ਤ ਤਾਂ ਢਹਿ ਗਿਆ, ਤੁਸੀਂ ਹੁਣ ਫੈਸਲਾ ਕਿਵੇਂ ਕਰਦੇ ਹੋ? ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ, ਇੱਕ ਭਰੇ ਸੋਚੋ, ਜੇ ਭਲਾ ਕੋਈ ਸੁਪਰੀਮ ਕੋਰਟ ਦੀ ਇਮਾਰਤ 'ਤੇ ਬੰਬ ਸੁੱਟ ਦੇਵੇ, ਇਮਾਰਤ ਢਹਿ ਜਾਏ, ਸੁਪਰੀਮ ਕੋਰਟ ਖਤਮ ਹੋ ਜਾਂਦੀ ਹੈ? ਇਮਾਰਤ ਸੁਪਰੀਮ ਕੋਰਟ ਨਹੀਂ, ਉੱਥੇ ਜਿਹੜਾ ਸੰਵਿਧਾਨ ਲਿਖ ਕੇ ਰੱਖਿਆ ਹੋਇਆ ਨਾ, ਜਿਹੜਾ ਕਾਨੂੰਨ ਦੀ ਕਿਤਾਬ ਹੈ ਨਾ, ਅਸਲ ਸੁਪਰੀਮ ਕੋਰਟ ਇਹ ਉਹ ਹੈ ਜਿਹਦੇ ਅਧੀਨ ਜਿਹਦੀ ਰੋਸ਼ਨੀ ਵਿੱਚ ਫੈਸਲੇ ਹੁੰਦੇ ਨੇ ਅਸਲ ਉਹ। ਇਹ ਖਿਆਲ ਕਰਿਓ, ਜਦੋਂ ਦੁਸ਼ਮਣ ਨੂੰ ਪਤਾ ਲੱਗਾ ਕਿ ਇਮਾਰਤ ਅਕਾਲ ਤਖ਼ਤ ਨਹੀਂ ਸੀ, ਉਹ ਢਾਹ ਲਈਏ ਨਾ ਫਿਰ ਬਣਾ ਲਈ, ਅਕਾਲ ਤਖ਼ਤ ਦਾ ਸਿਧਾਂਤ ਹੈ। ਮੈਂ ਇੱਥੇ ਪੁੱਛਣਾ ਚਾਹੁੰਦਾ, ਸਮਾਂ ਹੋ ਗਿਆ, ਅੱਜ ਉਹ ਕੋਸ਼ਿਸ਼ ਚੱਲ ਰਹੀ ਹੈ ਕਿ ਅਕਾਲ ਤਖ਼ਤ ਦਾ ਸਿਧਾਂਤ ਰੂਪ ਹੈ ਉਹਨੂੰ ਮਲੀਆ ਮੇਟ ਕਰ ਦੇ, ਅਤੇ ਉਹਨੂੰ ਖਤਮ ਕਰਨ ਵਾਲੇ ਲੋਕ ਅੱਜ ਬੁੱਕਲ ਦੇ ਸੱਪ ਵਾਂਗੂ, ਜਿਨ੍ਹਾਂ ਨੇ ਉਦੋਂ ਵਕਤ 'ਤੇ ਮਿਲਟਰੀ ਭੇਜ ਕੇ ਗੁਰਦੁਆਰੇ ਅਸਥਾਨਾਂ 'ਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੀ ਉਸ ਬੀਬੀ ਨੂੰ ਦੁਰਗਾ ਦਾ ਨਾਂ ਦਿੱਤਾ ਸੀ, ਆਪਣੀ ਕਿਤਾਬ ਵਿੱਚ ਵੀ ਲਿਖਦੇ, ਜਿਨ੍ਹਾਂ ਨੇ ਉਹਨੂੰ ਦੁਰਗਾ ਦਾ ਨਾਮ ਦਿੱਤਾ ਸੀ, ਉਹ ਅੱਜ ਵੀ ਉੱਥੇ ਖਲੋਤੇ ਨੇ, ਅੱਜ ਉਹ ਸਾਡੇ ਬੁੱਕਲ ਦੇ ਸੱਪ ਬਣ ਕੇ ਵਿੱਚ ਬੈਠੇ ਨੇ। ਜ਼ਰੂਰਤ ਚੇਤਨਤਾ ਦੀ ਹੈ। ਇਹ ਖਿਆਲ ਕਰੋ, ਇਮਾਰਤ ਤੁਸੀਂ ਦੁਬਾਰਾ ਬਣਾ ਲਈ, ਸਿਧਾਂਤ ਤੁਸੀਂ ਨਹੀਂ ਬਣਾ ਸਕਦੇ, ਕਿਉਂਕਿ ਸਿਧਾਂਤ ਗੁਰੂ ਬਣਾਉਂਦਾ। ਖਿਆਲ ਕਰਿਓ, ਸਿਧਾਂਤ ਸਿੱਖ ਨਹੀਂ ਬਣਾ ਸਕਦਾ, ਸਿੱਖ 'ਤੇ ਜੋ ਬਣਾਉਂਦਾ ਉਹ ਸਾਰਿਆਂ ਨੂੰ ਪ੍ਰਵਾਨ ਹੀ ਨਹੀਂ ਹੁੰਦਾ। ਸਿੱਖ ਅਖਵਾਉਣ ਵਾਲੇ ਆਪਸ ਅੱਜ ਵੀ ਕਹਿ ਰਿਹਾ ਸਾਂ ਕਿ ਸਿੱਖ ਰਹਿਤ ਮਰਿਆਦਾ ਬਣਾਈ ਮਨੁੱਖਾਂ ਨੇ, ਅਤੇ 90% ਵਰਗ ਉਹ ਹੈ ਜਿਹੜਾ ਉਹਨੂੰ ਨਹੀਂ ਮੰਨਦਾ। ਇਵਨ ਸ਼੍ਰੋਮਣੀ ਕਮੇਟੀ ਆਪ ਨਹੀਂ ਮੰਨਦੀ, ਜਿੰਨੇ ਡੇਰਿਆਂ ਵਾਲੇ ਉਹ ਨਹੀਂ ਮੰਨਦੇ, ਜਿੰਨੇ ਤਖ਼ਤਾਂ ਵਾਲੇ ਨੇ ਉਹਨਾਂ ਵਿੱਚ ਉਹਦੇ ਤਖ਼ਤ ਨਹੀਂ ਮੰਨਦੇ, ਕਿਉਂਕਿ ਮਨੁੱਖ ਨਹੀਂ ਬਣਾਈ ਹੈ। ਪਰ ਕਿੱਡੀ ਅਜੀਬ ਗੱਲ ਹੈ, ਭਾਵੇਂ ਜਿਹੜੇ ਸਿੱਖ ਰਹਿਤ ਮਰਿਆਦਾ ਡੇਰੇ ਨਹੀਂ ਮੰਨਦੇ, ਭਾਵੇਂ ਉਹ ਤਖ਼ਤ ਜਿਹੜੇ ਸਿੱਖ ਰਹਿਤ ਮਰਿਆਦਾ ਨਹੀਂ ਮੰਨਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਵੀ ਕੀਤੀ ਬੈਠੇ ਨੇ। ਕਿਉਂ?
क्योंकि श्री गुरु ग्रंथ साहिब गुरु ने बनाया है, वो किताब चा मनुख ने बनाया है। वो पढ़े हो जेड़ी चीज गुरु बनांदा है वो असी नहीं बना सकते। ते इस वेले कोशिश उन्हां दी लगी हुई है भी अकाल तख्त की इमारत ढाया, अकाल तख्त नहीं टठा, खत्म नहीं होया, उन्हें इमारत दोबारा बना ली। वो भले हो जे तुसी चाहते हो, उन्होंने मन का एक ख्याल है वीरो, जे असी चाहते हैं कि असी अकाल तख्त खत्म करिए सिख सिद्धांत खत्म करना पड़ेगा। आज कोशिश ये चल रही है, सारी फसल सिख सिद्धांत जेड़ा है, गुरमत सिद्धांत जेड़ा है, वो सिख की फसल है। इन्हें आधार से जीवन है, इन्हें आधार से ही इनकी अमीरी है। पर नतीजा यह है अज सिख सिद्धांत मलिया मेट करन दे उपराले हो रहे हैं, तो सिख उस नींद सुता होया जिन्हू अचेत नींद आखते हैं, जिंदे विच चेतनता ही ना हो। ते गुरु अज जे तुसी 84 का दिन मना रहे हो तो गुरु सानू तुहानू जीव आत्मा नू आवाज़ दे के एक गल आखदा है, चार चुफेरे तेरे दुश्मन, तेरी खेती में बड़ी कीमती फसल है आचरण की सिद्धांत की, वह मलिया मेट कर देना चाहते हैं, वह जानवर उस फसल में खा जाना चाहते हैं। जे तू सुती रही तो सब कुछ बर्बाद हो जाएगा, तेरे जागण की लोड़ है। ये जवाब है गुरबाणी का। तो कहते हैं फसल बचा के रखना चाहना जिंद नाल तेरी अमीरी है, तो जागदा रहो, क्योंकि जेड़ा अपनी फसल के दुआले जाग के राखी करता है फसल उसे दी बचती है। गुरु कह दे राखो खेती हर गुर खेती जाग चोर जेड़े कदी दरबार साहब ते हमला करन कराने वाले, अकाल तख्त दियां इमारतां ढाउण वाले,
जेडे श्री गुरु ग्रंथ साहिब पातशाह जी दियां बेअदबियां करन वाले 2500 दे करीब श्री गुरु ग्रंथ साहिब दी बेअदबी हुई उन्हां दियां इन्ना कुछ करन वाले अज चले नहीं गए, हुण अगे नालों ज़्यादा खतरनाक हो गए। क्यों? क्योंकि उदों ते बाहर बैठ के करदे सन, उह साडी हुण बुकल दे सप नहीं, साडी गोदी विच बैठे ने। ਅਸੀਂ ਤਾਂ ਆਪਣਾ ਸਭ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ ਹੋਇਆ। ਇਸ ਲਈ ਜੇ ਤੁਹਾਨੂੰ ਆਪਣੇ ਸਿਧਾਂਤ ਨਾਲ ਪਿਆਰ ਹੈ, ਸੰਭਾਲ ਕੇ ਰੱਖਣਾ ਚਾਹੁੰਦੇ ਹੋ, ਤਾਂ ਫਿਰ ਜਾਗ ਕੇ ਰਹਿਣਾ ਪਏਗਾ ਦੁਸ਼ਮਣ ਕੋਲੋਂ। ਤਾਂ ਹੀ ਫਸਲ ਬਚਾਈ ਜਾ ਸਕਦੀ ਜੇ ਕਿਸਾਨ ਜਾਗਦਾ ਰਹੇ। ਗੁਰੂ ਨੇ ਆਖ ਦਿੱਤਾ ਹਰ ਗੁਰ ਹੇਤ, ਕਹਿਣ ਲੱਗੇ ਰਾਖੋ ਖੇਤੀ ਹਰ ਗੁਰ ਹੇਤੀ ਜਾਗਤ ਚੋਰ ਨਾ ਲੱਗ। ਜਿਹੜਾ ਜਾਗਦਾ ਉਹਦੇ ਘਰ ਨੂੰ ਚੋਰ ਨਹੀਂ ਲੱਗ ਸਕਦੇ, ਉਹਦਾ ਘਰ ਬਰਬਾਦ ਨਹੀਂ। ਸਾਡਾ ਦੁਖਾਂਤ ਇਹ ਹੈ ਕਿ ਇੰਨਾ ਕੁਝ ਬਰਬਾਦ ਕਰਾ ਕੇ ਵੀ ਅੱਜ ਅਸੀਂ ਸੁੱਖਾਂ ਦੀ ਨੀਂਦ ਸੁੱਤੇ ਹੋਏ ਹਾਂ। ਸਭ ਕੁਝ ਹੋਈ ਜਾਂਦਾ ਸਾਨੂੰ ਪਤਾ ਹੀ ਨਹੀਂ। ਮੈਂ ਉਸ ਐਸੇ ਵੀ ਸਿੱਖ ਦੇਖਣਾ ਜਿਨ੍ਹਾਂ ਨਾਲ ਵਕਤ ਦੇ ਹਾਲਾਤ ਦੀ ਗੱਲ ਕਰੋ ਨਾ, ਕਹਿੰਦੇ ਹੈ ਆਹ ਕੁਝ ਵੀ ਹੋਇਆ ਹੋ ਰਿਹਾ, ਪਤਾ ਹੀ ਕੋਈ ਪਤਾ ਕਿਸ ਨੂੰ ਨਹੀਂ ਹੁੰਦਾ ਘਰ ਦਾ ਸਭ ਕੁਝ ਬਰਬਾਦ ਹੋ ਜਾਏ, ਲੁੱਟਿਆ ਜਾਏ, ਚੋਰ ਲੈ ਜਾਣ, ਅਤੇ ਪਤਾ ਕਿਹਨੂੰ ਨਹੀਂ ਹੁੰਦਾ ਜਿਹੜਾ ਸੁੱਤਾ। ਜੇ ਘਰ ਬਰਬਾਦ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ, ਤਾਂ ਇਹਦਾ ਮਤਲਬ ਅਸੀਂ ਕਿਸੇ ਨੀਂਦ ਵਿੱਚ ਹਾਂ। ਮੇਰੇ ਦਿਨ ਮਨਾਉਣੇ ਨਹੀਂ, ਅਸੀਂ ਜਾਗਣਾ ਹੈ। ਅਤੇ ਗੁਰੂ ਵੀ ਇਹੋ ਗੱਲ ਆਖ ਰਿਹਾ, ਕਹਿੰਦਾ ਵੱਖਰ ਰਾਖ ਮੂਈਏ ਹੇ ਜੀਵ ਆਤਮਾ ਮਰ ਜਾਣੀਏ, ਆਪਣਾ ਵਿਰਸਾ ਸੰਭਾਲ ਲੈ, ਆਪਣਾ ਸਿਧਾਂਤ ਸੰਭਾਲ ਲੈ, ਤਾਂ ਕਿ ਤੇਰੀ ਅਮੀਰੀ ਖਤਮ ਨਾ ਹੋਵੇ। ਇਹਨਾਂ ਸ਼ਬਦਾਂ ਨਾਲ ਫਿਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।